ਅੰਮ੍ਰਿਤਸਰ ਵਿੱਚ ਪੁਲਿਸ ਥਾਣਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਇਹ ਵਿਚਾਰ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਨੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਦਾ ਦੌਰਾ ਕਰਦੇ ਸਮੇਂ ਸਾਂਝੇ ਕੀਤੇ ਹਨ ਇਸ ਮੌਕੇ ਤੇ ਉਹਨਾਂ ਪੁਲਿਸ ਅਧਿਕਾਰੀਆਂ ਦੇ ਨਾਲ ਐਨਾ ਪੁਲਿਸ ਥਾਣਿਆਂ ਵਿੱਚ ਜਾ ਕੇ ਇਥੋਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਕਾਰਜ ਸ਼ੈਲੀ ਦੀ ਸਮੀਖਿਆ ਕੀਤੀ ਉਹਨਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਇਸ ਮੌਕੇ ਤੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਏਸੀਪੀ ਪਰਵਿੰਦਰ ਸਿੰਘ ਸੰਧੂ ਸਮੇਤ ਕਈ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਮੈਂ ਇਹਨਾਂ ਨੂੰ ਇਹੋ ਗਾਈਡ ਕੀਤਾ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਆਪਣੀ ਵੀ ਸੇਫਟੀ ਖੁਦ ਕਰਨੀ ਆ ਸਾਡੀ ਪੁਲਿਸ ਸਟੇਸ਼ਨ ਦਾ ਜਿਹੜਾ ਸਾਡਾ ਗੇਟ ਆ ਉਹਦੇ ਬਾਹਰ ਸਾਡਾ ਵੀ ਜਿਹੜਾ ਪੁਲਿਸ ਪੋਸਟ ਜਿਹੜਾ ਬਣਾਈ ਜਾਵੇ ਔਰ ਸਾਡਾ ਜਿਹੜਾ ਸੰਤਰੀ ਹਾਊਸ ਪੁਲਿਸ ਪੋਸਟ ਖੜਾ ਹੋਊਗਾ ਔਰ ਪੂਰੀ ਬਾਹਰ ਥਾਣੇ ਦੇ ਲਾਈਟ ਵਗੈਰਾ ਜਿਹੜੀ ਹੋਣੀ ਚਾਹੀਦੀ ਦਿਨ ਰਾਤ ਦੇ ਟਾਈਮ ਰਾਤ ਦੇ ਸਮੇਂ ਹਨੇਰਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਜਿਹੜਾ ਸਾਡੇ ਜਿੰਨੇ ਵੀ ਤੁਸੀਂ ਦੇਖਿਆ ਹੋਣਾ ਮਾਲਮ ਕਦਮੇ ਵਾਲੇ ਸਾਡੇ ਵੈਪਨ ਸਾਡੇ ਜਿਹੜੇ ਵਹੀਕਲ ਪਏ ਆ ਇਹ ਵੀ ਇਹਨਾਂ ਨੂੰ ਮੈਂ ਦੱਸਿਆ ਪੂਰੇ ਲਾਈਨ ਵਾਈ ਔਰ ਮੱਧ ਵਾਈ ਚ ਲੱਗ ਜਾਣ ਤਾਂ ਜੋ ਕਿ ਜਦੋਂ ਥਾਣੇ ਦੇ ਵਿੱਚ ਕੋਈ ਵੀ ਬੰਦਾ ਕੋਈ ਪਬਲਿਕ ਦਾ ਬੰਦਾ ਵੀ ਆਵੇ ਉਹਨੂੰ ਸਸ ਬੋਲੋ ਸ਼ਹਿਰ ਦੇ ਜਿੰਨੇ ਵੀ ਪੁਲਿਸ ਸਟੇਸ਼ਨਸ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਡੀਐਸਪੀ ਪਰਮੰਦਰ ਸਿੰਘ ਪੰਡਾਲ ਹੋਰਾਂ ਨੇ ਵੱਖ-ਵੱਖ ਥਾਣਿਆਂ ਦਾ ਦੌਰਾ ਕੀਤਾ ਅਤੇ ਇੱਥੋਂ ਦੇ ਐਸਐਚਓਸ ਮੁਨਸ਼ੀਆਂ ਨੂੰ ਹਦਾਇਤਾਂ ਕੀਤੀਆਂ ਕਿ ਥਾਣੇ ਦੀ ਪੂਰੀ ਸਿਕਿਉਰਿਟੀ ਦੇ ਇੰਤਜ਼ਾਮਾਤ ਕੀਤੇ ਜਾਣ ਔਰ ਇਹ ਵੀ ਪੂਰੀ ਯਕੀਨੀ ਬਣਾਇਆ ਜਾਵੇ ਕਿ ਥਾਣੇ ਦੇ ਵਿੱਚ ਜਿਹੜੇ ਲੋਕ ਆਪਣੇ ਕੰਮ ਕਾਜ ਨੂੰ ਆਉਂਦੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਕਾਮਾ ਮਰੇਕਿਸ਼ ਕੁਮਾਰ ਨੂੰ ਸੰਦੀਪ ਛਾਲ ਫਾਸਲ ਸੰਬਰ ਸਰ